ਸੋ ਅੱਜ ਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਮੈਂ ਰਮਨਦੀਪ ਸਿੰਘ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਚਿਊਟ ਤੇ ਅਤੇ ਸਵਾਗਤ ਕਰਦਾ ਹਾਂ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਉੱਤੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਕਿ ਜਿਹੜੇ ਵਿਦਿਆਰਥੀ ਚਾਹੁੰਦੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਨ ਬਾਈ ਲੇਟੈਸਟ ਵੀਡੀਓ ਹੋ ਸਭ ਤੋਂ ਪਹਿਲਾਂ ਮਿਲ ਰਹੀ ਸੋ ਇਸ ਚੈਨਲ ਉੱਤੇ ਪੀਐਸਟੈਟ ਸੀਟੈਟ ਮਾਸਟਰ ਗ੍ਰੇਡਰ ਐਨਟੀਟੀ ਤੇ ਪਟਵਾਰੀ ਦੇ ਐਗਜ਼ਾਮ ਦੇ ਨਾਲ ਸਬੰਧਤ ਵੀਡੀਓਜ਼ ਸੋ ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਗੱਲ ਕਰਾਂਗੇ ਵਰਲਡ ਹਿਸਟਰੀ ਦੀ ਸੋ ਵਰਲਡ ਹਿਸਟਰੀ ਦਾ ਜਿਹੜਾ ਸੈਕੰਡ ਪਾਰਟ ਰਹੂਗਾ ਜਿਸ ਤੇ 20 MCQs ਜਿਹੜੇ ਰਹਿਣਗੇ ਔਰ ਵਰਲਡ ਵਾਰ 1 ਤੇ ਨਾਲ ਹੀ ਰਿਲੇਟਰ ਰਹੂਗਾ ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਜਿੱਥੇ ਤੁਹਾਨੂੰ ਸਾਰੀਆਂ PDF ਆ ਜਿਹੜੀਆਂ ਉਹ ਮਿਲਦੀਆਂ ਰਹਣਗੀਆਂ ਸੋ ਗਰੁੱਪ ਇਹਦਾ ਜੇਕਰ ਤੁਸੀਂ ਜੁਆਇਨ ਕਰਨਾ ਚਾਹੋ ਤਾਂ ਫੀਸ ਪੇ ਕਰਕੇ ਇਸ ਤੇ ਵਿੱਚ ਐਡ ਹੋ ਸਕਦੇ ਹੋ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੀ ਤੁਸੀਂ ਨਾ ਭੁੱਲਿਆ ਕਰੋ ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਹਿਲੀ ਚੈ तो शुरू करते हैं कर दैशन सो फस्ट क्वेश्चन रहेगा जी अज का इक्की नंबर पहले विश्व युद्धे व्यक्तिगत कारण किन so, एक है विलियम कैंसर का सुभा और विवेकहीन कम ऑप्शन दो है रूस का विदेशी मंत्री इज बोलासकी ऑप्शन तीन है मराको संकट के आप्शन चार है ए और बी ऑप्शन ਸੋ ਜਿੱਥੇ ਵਿਸ਼ਵ ਯੁੱਧ ਦੇ ਜਿਹੜੇ ਇੰਟਰਨੈਸ਼ਨਲ ਲੈਵਲ ਦੇ ਫੈਕਟਰ ਸੀਗੇ ਜਿਹਦੇ ਕਾਰਨ ਕਰਕੇ ਯੁੱਧ ਸ਼ੁਰੂ ਹੋਇਆ ਸੀ ਉੱਥੇ ਕੁਝ ਵਿਅਕਤੀਗਤ ਜੋ ਕਿ ਪਰਸਨਲ ਕਜ਼ਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਸੋ ਉਹ ਵੀ ਸੀ ਜਿਹਦੇ ਆਧਾਰ ਦੇ ਉੱਪਰ ਇਹ ਮੰਨਿਆ ਜਾਂਦਾ ਹੈ ਕਿ ਬਈ ਸਾਰੇ ਜਿਹੜੇ ਆ ਪਰਸਨਲ ਕਾਰਨ ਸੀਗੇ ਕਾਜ਼ਸ ਸੀ ਜਿਨ੍ਹਾਂ ਦੇ ਕਾਰਨ ਕਰਕੇ ਇਹ ਵਿਸ਼ਵ ਜੁੱਧ ਸ਼ੁਰੂ ਹੋਇਆ ਸੀ ਸੋ ਇਹਦੇ ਵਿੱਚ ਦੋ ਜਿਹੜੇ ਆ ਉਪਰਮੁਖ ਕਰ ਰਹੇ ਸੀਗੇ ਵਿਲੀਅਮ ਕੈਂਸਰ ਦਾ ਸੁਭਾਅ ਅਤੇ ਬਵਿਖਹੀਨ ਕੰਮ ਜਿਹੜੇ ਉਹਨਾਂ ਦੇ ਦੁਆਰਾ ਕੀਤੇ ਗਏ ਸੋ ਖਾਸ ਤੌਰ ਤੇ ਇਸ ਨੇ ਜਿਆਦਾ ਇਫੈਕਟ ਪਾਇਆ ਅਤੇ ਇਸ ਤੋਂ ਇਲਾਵਾ ਰੂਸ ਦਾ ਜਿਹੜਾ ਵਿਦੇਸ਼ ਮੰਤਰੀ ਇਜ਼ਵਾਲੋਸਕੀ ਸੀਗਾ ਜਿਹੜਾ ਉਸ ਨੇ ਵੀ ਜਿਹੜਾ ਕਾਫੀ ਯੋਗਦਾਨ ਪਾਇਆ ਜਿਹਦੇ ਕਾਰਨ ਕਰਕੇ ਇੱਕ ਦੂਜੇ ਦੇ ਵਿੱਚ ਕਟੜਤਾ ਪੈਦਾ ਹੋ ਗਈ ਸੀਗੀ ਅਤੇ ਪਹਿਲੇ ਜੁੱਧ ਦੇ ਲਈ ਜਿਹੜਾ ਇੱਕ ਮਟੀਰੀਅਲ ਕਹਿ ਸਕਦੇ ਆ ਜਾਂ ਹਨਾ ਮੈਥਡ ਜਿਹੜਾ ਹੈ ਉਹ ਤਿਆਰ ਕਰਕੇ ਦਿੱਤਾ ਸੀਗਾ ਕਿਉਂਕਿ ਇਹਨਾਂ ਨੇ ਜਿਹੜਾ ਹੈ ਭੱਖਦੀ ਉੱਪਰ ਜਿਹੜਾ ਹੈ ਉਹ ਤੇਲ ਪਾਇਆ ਜਿਹਦੇ ਨਾਲ ਕੀ ਹੈ ਅੱਗ ਜਿਹੜੀ ਉਹ ਜ਼ਿਆਦਾ ਵਧ ਗਈ ਜਾਨਕਿ ਵਿਸ਼ਵ ਯੁੱਧ ਦੇ ਜਿਹੜੇ ਕਾਰਨ ਸੀ ਉਹ ਜ਼ਿਆਦਾ ਇਨਕਰੀਜ਼ ਹੋ ਗਏ ਸੀਗੀ ਨੈਕਸਟ ਹੈ ਬਾਈ ਨੰਬਰ ਬੋਰਜੋਦ ਦੇ ਵਿੱਚ ਕਾਰੂਗਾਰ ਦੇ ਤਾਰ ਦੇ ਜਿਹਨੂੰ ਕਾਰੂਗਰ ਟੈਲੀਗ੍ਰਾਮ ਨਾਲ ਜਾਣਿਆ ਜਾਂਦਾ ਹੈ ਸੋ ਜਰਮਨੀ ਦੇ ਕਿਸ ਨਾਲ ਇਸਨੇ ਦੁਸ਼ਮਣੀ ਪਾ ਲਈ ਸੀਗੀ ਬੋਰਜੋਦ ਦੇ ਵਿੱਚ ਕਿਸ ਨੇ ਜਿਹੜਾ ਹੈ ਕਾਰਗੂਰ ਰੂਕਾਰ ਨੂੰ ਜਿਹੜਾ ਹੈ ਤਾਰ ਦਿੱਤਾ ਸੀ ਤੇ ਜਿਸ ਤੇ ਨਾਲ ਉਸ ਦੀ ਜਰਮਨੀ ਦੇ ਨਾਲ ਜਿਹੜੀ ਹੈ ਉਹ ਦੁਸ਼ਮਣੀ ਹੋ ਗਈ ਸੀ ਸੋ ਆਪਸ਼ਨ 1 ਹੈ ਰੂਸ ਆਪਸ਼ਨ 2 ਹੈ ਇੰਗਲੈਂਡ ਆਪਸ਼ਨ 3 ਹੈ ਫਰਾਂਸ ਅਤੇ ਆਪਸ਼ਨ 4 ਹੈ ਇਟਲੀ ਸਹੀ ਕਿਸ ਦੇ ਕਾਰਨ ਹੋਇਆ ਸੀ ਇਹ ਮੈਂ ਪਹਿਲਾਂ ਹੀ ਦੱਸਿਆ ਕਿ ਪਰਸਨਲ ਫੈਕਟਰ ਸੀਗਾ ਜਿਹਦੇ ਦਾ ਦੇ ਉੱਪਰ ਇਹ ਮਸਲਾ ਜਿਹੜਾ ਹੈ ਉਹ ਜ਼ਿਆਦਾ ਵਿਗੜ ਗਿਆ ਸੀ ਸੋ ਇੱਥੇ ਕੀ ਸੀਗਾ ਕਿ ਵਿਲੀਅਮ ਕੈਂਸਰ ਦਾ ਜਿਹੜਾ ਡਿਸੀਜਨ ਸੀਗਾ ਵਿਲੀਅਮ ਕੈਂਸਰ ਨੇ ਜਿਹੜਾ ਹੈ ਖਤ ਭੇਜਿਆ ਸੋ ਇਹ ਕਿ ਤਾਰ ਦੇ ਰੂਪ ਦੇ ਵਿੱਚ ਭੇਜਿਆ ਹੋਰ ਕਿਸ ਨੂੰ ਭੇਜਿਆ ਸੀਗਾ ਕਰੂਗਾਰ ਸੋ ਇਸ ਦੇ ਆਧਾਰ ਤੇ ਹੀ ਇਸ ਨੂੰ ਜਿਹੜਾ ਹੈ ਕਰੂਗਾਰ ਟੈਲੀਗ੍ਰਾਮ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਸੋ ਇਸ ਨੇ ਕੀ ਕੀਤਾ ਕਿ ਇੰਗਲੈਂਡ ਨੂੰ ਜਿਹੜਾ ਹੈ ਆਪਣਾ ਬੈਰੀ ਬਣਾ ਲਿਆ ਕਿਉਂਕਿ ਇਸ ਤਿੱਕੇ ਨਾ ਕਿਉਂਕਿ ਕਰੂਗਾਰ ਤਾਰ ਜਿਹੜਾ ਸੀਗਾ ਉਹ ਜਰਮਨੀ ਦੇ ਨਾਲ ਇਹਨਾਂ ਨੇ ਭੇਜ ਦਿੱਤਾ ਸੀਗਾ ਔਰ ਜਰਮਨੀ ਨੇ ਜਿਹੜਾ ਹੈ ਇੰਗਲੈਂਡ ਦੇ ਨਾਲ ਦੁਸ਼ਮਣੀ ਪਾਲੀ ਸੀਗੀ ਕਿਉਂਕਿ ਜਿਹੜਾ ਉੱਥੋਂ ਦਾ ਸ਼ਾਸਕ ਸੀਗਾ ਜਰਮਨੀ ਦਾ ਸਮਰਾਟ ਸੀਗਾ ਵਿਲੀਅਮ ਕੈਨਸਰ ਜਿਹੜਾ ਸੋ ਇਸ ਨੇ ਜਿਹੜਾ ਹੈ ਇੰਗਲੈਂਡ ਦੇ ਨਾਲ ਦੁਸ਼ਮਣੀ ਪਾਲੀ ਕਿਉਂਕਿ ਉਸ ਨੇ ਜਿਹੜਾ ਹੈ ਉਸ ਨੂੰ ɓੜਕਾਉਣ ਦਾ ਜਿਹੜਾ ਹੈ ਉਹ ਕੰਮ ਕੀਤਾ ਸੀਗਾ ਓਕੇ ਸੋ ਰਾਈਟ ਆਨਸਰ ਇਸ ਦਾ ਬੀ ਰਹੂਗਾ ਸੋ ਬੋਰਜੋਦ ਦੇ ਵਿੱਚ ਕਰੂਕਾਰ ਨੇ ਜਿਹੜਾ ਤਾਰ ਦੇ ਕੇ ਟੈਸਟ ਦੇ ਨਾਲ ਜਾਨਕੀ ਤਾਰ ਦੇ ਨਾਲ ਜਰਮਨੀ ਦੇ ਜਰਮਨੀ ਨੇ ਕਿਸ ਨਾਲ ਦੁਸ਼ਮਣੀ ਪਾਲੀ ਸੀਗੀ ਤਾਂ ਇੰਗਲੈਂਡ ਦੇ ਨਾਲ ਜਿਹੜੀ ਹੈ ਇਹ ਦੁਸ਼ਮਣੀ ਹੋ ਗਈ ਸੀਗੀ ਰੇ ਰਿਹਾ ਸੀ ਵਿਲੀਅਮ ਕੈਨਸਰ ਦਾ ਸੋ ਉਸ ਨੇ ਇਹ ਤਾਜ ਜੜੀ ਹੈ ਉਹ ਪੇਜੀ ਸੀਗੀ ਓਕੇ ਨੈਕਸਟ ਹੈ 23 ਨੰਬਰ ਰੂਸ ਦੇ ਵਿਦੇਸ਼ ਮੰਤਰੀ ਇਜ਼ਾਬੋਲਸਕੀ ਨੇ ਇਟਲੀ ਨਾਲ ਕਦੋਂ ਸੰਧੀ ਕੀਤੀ ਸੋ ਆਪਸ਼ਨ 1 ਹੈ 1905 ਦੇ ਵਿੱਚ ਆਪਸ਼ਨ 2 ਹੈ 1903 ਦੇ ਵਿੱਚ ਆਪਸ਼ਨ 3 ਹੈ 1911 ਦਾਸ ਦੇ ਵਿੱਚ ਅਤੇ ਆਪਸ਼ਨ 4 ਹੈ 1909 ਦੇ ਵਿੱਚ ਸੋ ਇੱਕ ਆਫੀ ਜਿਹੜੀ ਲੜਾਈ ਅੱਗੇ ਵੱਧਦੀ ਗਈ ਸੋ ਪਹਿਲਾ ਜਰਮਨੀ ਦਾ ਜਿਹੜਾ ਸਿਮਰਾਟਸੀ ਉਸਨੇ ਸ਼ੁਰੂ ਕੀਤਾ ਉਸ ਤੋਂ ਬਾਅਦ ਜਿਹੜਾ ਹੈ ਰੂਸ ਦਾ ਜਿਹੜਾ ਵਿਦੇਸ਼ ਮੰਤਰੀ ਸੀ ਇਜ਼ਾਬੋਲਕ ਸੀ ਸੋ ਉਸਨੇ ਵੀ ਜਿਹੜਾ ਹੈ ਇਟਲੀ ਦੇ ਨਾਲ ਸੰਧੀ ਕਰ ਲਈ ਸੀਗੀ ਤਾਂ ਕਿ ਕੀ ਹੈ ਉਸਤੀ ਜਿਹੜੀ ਹੈ ਆਰਥਿਕ ਸਹਾਇਤਾ ਹੈ ਉਸ ਨੂੰ ਪ੍ਰਾਪਤ ਕੀਤਾ ਜਾ ਸਕੇ ਸੋ ਉਸਨੇ ਕੀ ਸੋਚਿਆ ਸੀ ਕਿ ਸਰਬੀਆ ਦੀ ਇਸ ਸੰਬੰਧ ਦੇ ਵਿੱਚ ਜਿਹੜੀ ਹੈ ਆਰਥਿਕ ਸਹਾਇਤਾ ਵੀ ਕੀਤੀ ਜਾਊਗੀ ਜਿਸ ਦੇ ਨਾਲ ਕੀ ਹੈ ਉਹਨੂੰ ਸਪੋਰਟ ਮਿਲੇਗੀ ਤੇ ਤੇ ਉਹ ਜਿਹੜਾ ਹੈ ਕਹਿੰਦਾ ਲੜਾਈ ਦੀ ਜਿਹੜੀ ਕਸ ਦੀ ਸਥਿਤੀ ਹੈ ਉਸ ਨੂੰ ਮਜ਼ਬੂਤ ਕਰ ਲਵੇਗਾ ਠੀਕ ਹੈ ਸੋ ਰੂਸ ਦੇ ਵਿਦੇਸ਼ ਮੰਤਰੀ ਨੇ ਫਿਰ ਇਸ ਤਰੀਕੇ ਨਾਲ ਇਟਲੀ ਦੇ ਨਾਲ 1909 ਦੇ ਵਿੱਚ ਇਹ ਸੰਧੀ ਜਿਹੜੀ ਹੈ ਉਹ ਕਰ ਲਈ ਸੀਗੀ ਨੈਕਸਟ ਹੈ ਪਹਿਲੇ ਵਿਸ਼ਵ ਯੁੱਧ ਦੇ ਲਈ ਕਿਹੜੇ ਅੰਤਰਰਾਸ਼ਟਰੀ ਕਾਰ ਜ਼ਿੰਮੇਵਾਰ ਸੀ ਸੋ ਜਿੱਥੇ ਵਿਅਕਤੀਗਤ ਅਤੇ ਜਿੱਥੇ ਪਰਸਨਲ ਕੈਸਾ ਰਹਿਣਾ ਔਰ ਜਿੱਥੇ ਹੋਰ ਬਹੁਤ ਸਾਰੇ ਫੈਕਟਰ ਰਿਸਪਾਂਸਿਬਲ ਸੀਗੇ ਉੱਥੇ ਇੱਕ ਪ੍ਰਮੁੱਖ ਕਾਰਨ ਸੀਗਾ ਅੰਤਰਰਾਸ਼ਟਰੀ ਲੈਵਲ ਤੇ ਉੱਪਰ ਵੀ ਕਈ ਸਾਰੇ ਜਿਹੜੇ ਕਾਰਨ ਸੀਗੇ ਸੋ ਕਿਹੜੇ-ਕਿਹੜੇ ਸੀ ਸੋ ਆਪਸ਼ਨ 1 ਹੈ ਮਰਾਕੋ ਸੰਕਟ ਆਪਸ਼ਨ 2 ਹੈ ਬਸਾਨੀਆ ਦਾ ਸੰਕਟ ਆਪਸ਼ਨ 3 ਹੈ ਆਦਾ ਦੀਰ ਦਾ ਸੰਕਟ ਅਤੇ অপਸ਼ਨ 4 ਹੈ ਅਪਰੋਕੋ ਸਾਰੀ ਸੋ ਇੰਟਰਨੈਸ਼ਨਲ ਕ੍ਰਿਸਿਸ ਦੀ ਗੱਲ ਕਰੀ ਗਈ ਤਾਂ ਵਿਸ਼ਵ ਦੇ ਵਿੱਚ ਵਿਸ਼ਵ ਯੁੱਧ ਸ਼ੁਰੂ ਹੋਣ ਤੋਂ ਪਹਿਲਾਂ 10 ਸਾਲ ਪਹਿਲਾਂ ਹੀ ਕਈ ਸਾਰੇ ਜਿਹੜੇ ਫੈਕਟਰ ਆ ਉਹ ਕਹ ਸਕਦੇ ਹਾਂ ਜ਼ਿੰਮੇਵਾਰ ਸੀ ਉਹਨਾਂ ਨੇ ਸ਼ੁਰੂਆਤ ਕਰ ਲਈ ਸੀ ਪਹਿਲੇ ਵਿਸ਼ਵ ਯੁੱਧ ਦੀ ਬਟ ਹੌਲੀ ਹੌਲੀ ਇਸ ਤੀਆਂ ਜਿਹੜੀਆਂ ਜੜਾ ਉਹ ਮਜ਼ਬੂਤ ਹੁੰਦੀਆਂ ਰਹੀਆਂ ਤੇ ਦੇ ਲਈ ਇਹ ਤਿੰਨੋਂ ਹੀ ਜਿਹੜੇ ਫੈਕਟਰ ਹੋ ਰਿਸਪੌਂਸੀਬਲ ਸੀ ਸੋ ਮਰਾਕੋ ਦਾ ਸੰਕਟ ਸੀਗਾ ਜਿਹੜਾ ਕਿ 1905 ਦੇ ਵਿੱਚ ਆਇਆ ਸੀਗਾ ਸੋ ਇਸ ਤੇ ਕਾਰਨ ਵੀ ਜਿਹੜਾ ਹੈ ਪਹਿਲੇ ਵਿਸ਼ਵ ਯੁੱਧ ਦੀ ਸੁਭਾਵਨਾ ਹੋ ਗਈ ਸੀਗੀ ਦੂਸਰਾ ਸੀ ਬੁਸਾਨੀਆ ਦਾ ਸੰਕਟ ਜਿਹੜਾ 1908 ਦੇ ਵਿੱਚ ਆਇਆ ਸੀਗਾ ਸੋ ਇਹ ਵੀ ਇੱਕ ਫੈਕਟਰ ਸੀਗਾ ਉਸ ਸਮੇਂ ਦੇ ਵਿੱਚ ਔਰ ਦੂਸਰਾ ਸੀਗਾ ਆਦਾਗਿਰ ਦਾ ਸੰਕਟ ਜਿਹੜਾ ਕਿ 1911 ਦੇ ਵਿੱਚ ਸੀ ਅਤੇ ਇਸ ਨੂੰ ਮਰਾਕੋ ਦਾ ਦੂਜਾ ਸੰਕਟ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਕਿਉਂਕਿ ਇਸੇ ਦੌਰਾਨ ਹੀ ਜਿਹੜਾ ਇਸਦੀ ਗ੍ਰੋਥ ਹੋਈ ਸੀਗੀ ਇਸ ਯੁੱਧ ਦੀ ਨੈਕਸਟ ਹੈ 25 ਨੰਬਰ ਮਰਾਕੋ ਕਿਹੜੇ ਮਹਾਦੀਪ ਦੇ ਵਿੱਚ ਸਥਿਤ ਹੈ ਸੋ ਆਪਸ਼ਨ 1 ਹੈ ਅਫਰੀਕਾ ਦੇ ਵਿੱਚ ਆਪਸ਼ਨ 2 ਹੈ ਏਸ਼ੀਆ ਦੇ ਵਿੱਚ ਅਤੇ ਆਪਸ਼ਨ 4 ਹੈ ਤਨ ਹੈ ਯੂਰਪ ਅਤੇ অপਸ਼ਨ 4 ਹੈ ਦੱਖਣੀ ਅਮਰੀਕਾ ਦੇ ਵਿੱਚ ਸੋ ਮਰਾਕੋ ਜਿਹੜੀ ਇੱਕ ਕੰਟਰੀ ਹੈ ਸੋ ਇਹ ਸਥਿਤ ਹੈਗੀ ਹੈਗੀ africa ਦੇ ਵਿੱਚ ਅਤੇ africa ਦੇ ਉੱਤਰ ਪੱਛਮ ਦੇ ਵਿੱਚ ਸਥਿਤ ਇੱਕ ਦੇਸ਼ ਹੈਗਾ ਸੋ ਇਹ ਕਾਫੀ ਇੰਪੋਰਟੈਂਟ ਹੈ ਸੋ ਇਸਨੇ ਕੀ ਹੈਗਾ ਇਸ ਤੇ ਉੱਪਰ ਪਹਿਲਾਂ ਜਿਹੜਾ ਹੈ ਤੁਰਕੀ ਜਿਹੜਾ ਹੈ ਤੁਰਕੀ ਦੇ ਸੁਲਤਾਨ ਦੀ ਜਿਹੜੀ ਪ੍ਰਭੂਸਤਾ ਉਹ ਬਣੀ ਹੁੰਦੀ ਸੀਗੀ ਬਟ ਅਸਲ ਦੇ ਵਿੱਚ ਇਹ ਆਜ਼ਾਦ ਹੀ ਹੁੰਦਾ ਸੀ ਬਟ ਫਿਰ ਵੀ ਥੋੜਾ ਬਹੁਤ ਜਿਹੜਾ ਇਹਦੇ ਉੱਪਰ ਪ੍ਰਭਾਵ ਦੇਖਣ ਨੂੰ ਮਿਲਦਾ ਸੀ ਉਹ ਤੁਰਕੀ ਦੇ ਸੁਲਤਾਨ ਦਾ ਦੇਖੋ ਨੂੰ ਮਿਲਦਾ ਸੀ ਜਾਨਕੀ ਪ੍ਰਭੂ ਸੱਤਾ ਜਿਹੜੀ ਹੈ ਉਹਨਾਂ ਦੀ ਸੀ ਇਸ ਤੇ ਉੱਪਰ ਜੋ ਕਿ ਮਰਾਕੋ ਦੇ ਸੀਗਾ ਅਫਰੀਕਾ ਦਾ ਨੈਕਸਟ ਹੈ 26 ਨੰਬਰ ਮਰਾਕੋ ਦੀ ਰਾਜਧਾਨੀ ਹੈ ਸੋ ਆਪਸ਼ਨ 1 ਹੈ ਕਾਨਾ ਆਪਸ਼ਨ 2 ਹੈ ਥੋਪੀਆ ਆਪਸ਼ਨ 3 ਹੈ ਫੇਜ਼ ਅਤੇ ਆਪਸ਼ਨ 4 ਹੈ ਇਟਲੀ ਸੋ ਮਰਾਕੋ ਸੀਗਾ ਜਿਹੜਾ ਅਫਰੀਕਾ ਦੀ ਇੱਕ ਕੰਟਰੀ ਹੈ ਜੋ ਕਿ ਉੱਤਰ ਪੱਛਮ ਦੇ ਵਿੱਚ ਸਥਿਤ ਹੈ ਸੋ ਇਸ ਦੀ ਜਿਹੜੀ ਰਾਜਧਾਨੀ ਸੀ ਉਸ ਦਾ ਨਾਮ ਸੀਗਾ ਫੇਜ਼ ਨੈਕਸਟ ਹੈ 27 ਨੰਬਰ ਫ੍ਰਾਂਸ ਨੇ ਮਰਾਕੋ ਉੱਪਰ ਆਪਣਾ ਅਧਿਕਾਰ ਬਣਾਉਣ ਲਈ ਇਟਲੀ ਨਾਲ ਕਦੋਂ ਸਮਝੌਤਾ ਕੀਤਾ ਸਬਕਸ਼ਨ 1 ਹੈ 1910 ਦੇ ਵਿੱਚ অপਸ਼ਨ 2 ਹੈ 1900 ਦੇ ਵਿੱਚ অপਸ਼ਨ 3 ਹੈ 1904 ਦੇ ਵਿੱਚ ਅਤੇ অপਸ਼ਨ 4 ਹੈ 1908 ਦੇ ਵਿੱਚ ਸੋ ਵੈਸੇ ਤਾਂ ਤੁਰਕਿਆਂ ਦਾ ਇਹਦੇ ਉੱਪਰ ਜਿਹੜਾ ਹੈ ਨਾ ਸਤਾ ਬਣੀ ਹੋਈ ਸੀ ਬਟ ਬਾਕੀ ਦੀਆਂ ਜਿਹੜੀਆਂ ਕੰਟਰੀਆਂ ਸੀ ਖਾਸ ਤੌਰ ਤੇ ਯੂਰੋਪੀਅਨ ਜਿਹੜੀਆਂ ਹੈ ਉਹ ਵੀ ਇਹਦੇ ਉੱਪਰ ਆਪਣਾ ਅਧਿਕਾਰ ਜਮਾਉਣਾ ਚਾਹੁੰਦੇ ਸੀ ਕਿਉਂਕਿ ਇਹ ਵਪਾਰਕ ਪੱਖੋਂ ਤੇ ਪੰਗੋਲਕ ਪੱਖੋਂ ਕਾਫੀ ਇੰਪੋਰਟੈਂਸ ਰੱਖਦਾ ਸੀ ਸੋ ਇਸੇ ਕਾਰਨ ਕਰਕੇ ਜਿਹੜਾ ਫਰਾਂਸ ਹੈ ਉਹ ਵੀ ਇਸ ਦੇ ਉੱਪਰ ਆਪਣਾ ਅਧਿਕਾਰ ਜਿਹੜਾ ਹੈ ਉਹ ਜਮਾਉਣਾ ਚਾਹੁੰਦਾ ਸੀਗਾ ਉਸ ਨੇ ਹਰ ਤਰ੍ਹਾਂ ਦਾ ਜਿਹੜਾ ਯਤਨ ਕੀਤਾ ਤਾਂ ਕਿ ਇਸ ਦੇ ਉੱਪਰ ਜਿਹੜਾ ਉਹ ਕਬਜ਼ਾ ਕਰ ਸਕੇ ਸੋ ਇਸੇ ਲਈ ਹੀ ਉਹਨਾਂ ਨੇ 1900 ਦੇ ਵਿੱਚ ਇਟਲੀ ਨਾਲ ਸਮਝੋਤਾ ਕੀਤਾ ਤਾਂ ਕਿ ਉਸ ਦੇ ਨਾਲ ਸਮਝੋਤਾ ਕਰਕੇ ਸਮਰਥਨ ਪ੍ਰਾਪਤ ਕਰਕੇ ਸ਼ਕਤੀ ਨੂੰ ਵਧਾ ਕੇ ਮਰਾਕੋ ਦੇ ਉੱਪਰ ਆਪਣਾ ਅਧਿਕਾਰ ਐਸਟੈਬਲਿਸ਼ ਕੀਤਾ ਜਾ ਸਕੇ ਨੈਕਸਟ ਹੈ 28 ਨੰਬਰ ਫ੍ਰਾਂਸ ਨੇ ਮਰਾਕੋ ਉਪਰਤੀ ਇੰਗਲੈਂਡ ਦਾ ਸਮਰਥਨ ਕਦੋਂ ਪ੍ਰਾਪਤ ਕੀਤਾ ਸੋ ਆਪਸ਼ਨ 1 ਹੈ 1904 ਦੇ ਵਿੱਚ ਆਪਸ਼ਨ 2 ਹੈ 1919 ਦੇ ਵਿੱਚ ਆਪਸ਼ਨ 3 ਹੈ 1899 ਦੇ ਵਿੱਚ ਅਤੇ ਆਪਸ਼ਨ 4 ਹੈ 1901 ਦੇ ਵਿੱਚ ਸੋ ਫ੍ਰਾਂਸ ਦੀ ਜਿਹੜਾ ਇਹ ਕੋਸ਼ਿਸ਼ ਦੇ ਵਿੱਚ ਸੀ ਕਿ ਮਰਾਕੋ ਨੂੰ ਜਿਹੜਾ ਹੈ ਆਪਣੇ ਅਧੀਨ ਕਰ ਲਿਆ ਜਾਵੇ ਇਸੇ ਲਈ ਉਹਨਾਂ ਨੇ ਸਭ ਤੋਂ ਪਹਿਲਾਂ ਹੈ ਜਿਹੜਾ ਇਟਲੀ ਦੇ ਨਾਲ 1900 ਦੇ ਵਿੱਚ ਸਮਝੌਤਾ ਕੀਤਾ ਫਿਰ ਇਸ ਤੋਂ ਬਾਅਦ ਉਹਨਾਂ ਨੇ ਇੱਕ ਕੰਟਰੀ ਨੂੰ ਹੋਰ ਮਲਾਉਣ ਦੀ ਕੋਸ਼ਿਸ਼ ਕੀਤੀ ਜਿਸ ਦਾ ਨਾਮ ਸੀ ਇੰਗਲੈਂਡ ਸੋ ਇੰਗਲੈਂਡ ਨੂੰ ਜਿਹੜਾ ਹੈ 1904 ਦੇ ਵਿੱਚ ਉਹਨਾਂ ਨੇ ਸਮਰਥਨ ਪ੍ਰਾਪਤ ਕਰਕੇ ਮਰਾਕੋ ਦੇ ਉੱਪਰ ਜਿਹੜਾ ਕਰ ਸਕਦੇ ਹਨ ਇੱਕ ਕੋਸ਼ਿਸ਼ ਕੀਤੀ ਕਿ ਉਹ ਆ ਉਸ ਨੂੰ ਆਪਣੇ ਅਧੀਨ ਕਰ ਲੈਣ ਸੋ ਕਿਉਂਕਿ ਉਸ ਦੇ ਨਾਲ ਕਿ ਇਹ ਚਾਰੋਂ ਤਰਫ ਤੋਂ ਜਿਹੜਾ ਹੈ ਉਹਦੇ ਅਧੀਨ ਸਾਰਾ ਕੁਝ ਹੋ ਜਾਣਾ ਸੀਗਾ ਇਸ ਕਰਕੇ ਜਿਹੜਾ ਹੈ ਫਰਾਂਸ ਵੱਖ-ਵੱਖ ਦੇਸ਼ਾਂ ਦੇ ਨਾਲ ਸਮਝੋਤੇ ਜੋ ਕਰ ਰਿਹਾ ਸੀ ਨੈਕਸਟ ਹੈ 29 ਨੰਬਰ ਫਰਾਂਸ ਦਾ ਪ੍ਰਤੀਨਿਧ ਮੰਡਲ ਮਰਾਕੋ ਦੀ ਰਾਜਧਾਨੀ ਵਿਖੇ ਕਦੋਂ ਪਹੁੰਚਿਆ ਸੋ ਆਪਸ਼ਨ 1 ਹੈ 1901 ਦੇ ਵਿੱਚ ਆਪਸ਼ਨ 2 ਹੈ 1904 ਦੇ ਵਿੱਚ ਆਪਸ਼ਨ 3 ਹੈ 1908 ਦੇ ਵਿੱਚ ਅਤੇ ਆਪਸ਼ਨ 4 ਹੈ 1905 ਦੇ ਵਿੱਚ ਸੋ ਇਟਲੀ ਤੇ ਇੰਗਲੈਂਡ ਨੂੰ ਨਾਲ ਲਗਾ ਲਿਆਸ ਉਹਨਾਂ ਨੇ ਔਰ ਇਸ ਤੋਂ ਬਾਅਦ ਉਹਨਾਂ ਨੇ ਆਪਣੇ ਇੱਕ ਜਿਹੜਾ ਸੰਗਠਨ ਬਣਾਇਆ ਜਿਸ ਨੂੰ ਪ੍ਰਤੀਨਿਧ ਮੰਡਲ ਕਿਹਾ ਗਿਆ ਸੋ ਇਹ ਮਰਾਕੋ ਵਿਖੇ ਪਹੁੰਚਿਆ ਸੋ ਤਕਰੀਬਨ ਤਕਰੀਬਨ 1905 ਦੇ ਵਿੱਚ ਸੋ ਇਹਨਾਂ ਦੀ ਕੋਸ਼ਿਸ਼ ਸੀਗੀ ਕਿ ਕਿਸੇ ਨਾ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਗਲਵਾਦ ਦੇ ਨਾਲ ਹੀ ਜਿਹੜਾ ਕਹਿ ਸਕਦੇ ਹਨ ਅ ਫੌਜਾਂ ਦਾ ਜਿਹੜਾ ਕਹਿੰਦੇ ਆ ਪੁਨਰਗਠਨ ਕਰਕੇ ਜਾਂ ਉਸ ਨੂੰ ਕਹਿੰਦੇ ਆ ਹੋਰ ਤਰੀਕੇ ਦੇ ਨਾਲ ਮੋਟੀਵੇਟ ਕਰਕੇ ਮਰਾਕੋ ਨੂੰ ਜਿਹੜਾ ਹੈ ਉਹ ਆਪਣੇ ਅਧੀਨ ਕੀਤਾ ਜਾ ਸਕੇ ਔਰ ਮਰਾਕੋ ਦੇ ਜਿਹੜੇ ਕਹਿੰਦੇ ਆ ਲੋਕ ਸੀਗੇ ਜਾਂ ਉੱਥੋਂ ਦੇ ਸਮਰਾਟ ਸੀ ਜਿਹੜੇ ਇਹੋ ਇਸ ਤੇ ਪ੍ਰਭਾਵ ਦੇ ਵਿੱਚ ਆ ਗਏ ਸੀ ਤੇ ਉਹਨਾਂ ਨੇ ਹਣੇ ਇਸ ਚੀਜ਼ ਨੂੰ ਅਕਸੈਪਟ ਵੀੜਾ ਹੈ ਉਹ ਖਰ ਲਿਆ ਸੀਗਾ ਨੈਕਸਟ ਹੈ 3 ਨੰਬਰ ਜਰਮਨੀ ਦੇ ਸਮਰਾਟ ਨੇ ਮਰਾਕੋ ਦੀ ਪ੍ਰਸਿੱਧ ਬੰਦਰਗਾਹ ਟੇਜ਼ੀਰ ਦੀ ਯਾਤਰਾ ਕਦੋਂ ਕੀਤੀ ਸੋ ਆਪਸ਼ਨ 1 ਹੈ 1905 ਦੇ ਵਿੱਚ ਆਪਸ਼ਨ 2 ਹੈ 1906 ਦੇ ਵਿੱਚ ਆਪਸ਼ਨ 3 ਹੈ 1907 ਦੇ ਵਿੱਚ ਅਤੇ ਆਪਸ਼ਨ 4 ਹੈ 1910 ਦੇ ਵਿੱਚ ਸੋ ਕੀ ਹੋਇਆ ਕਿ ਇੱਕ ਪਾਸੇ ਜਿਹੜਾ ਹੈ ਫਰਾਂਸ ਸੀਗਾ ਉਹ ਇਸ ਦੇ ਉੱਪਰ ਕਬਜ਼ਾ ਕਰ ਰਿਹਾ ਸੀਗਾ ਜਿਹਦੇ ਕਾਰਨ ਉਸ ਨੇ ਦੋ ਦੇਸ਼ ਆਪਣੇ ਨਾਲ ਲਗਾ ਲਏ ਸੀ ਇੱਕ ਇਟਲੀ ਲਗਾ ਲਿਆ ਸੀਗਾ ਅਤੇ ਦੂਸਰਾ ਇੰਗਲੈਂਡ ਇਸ ਨੂੰ ਨਾਲ ਲਗਾ ਕੇ ਉਸ ਨੇ ਕੋਸ਼ਿਸ਼ ਕੀਤੀ ਕਿ ਜਿਹੜਾ ਮਰਾਕੋ ਹੈ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੇ ਅਧੀਨ ਕਰ ਲਿਆ ਜਾਵੇ ਔਰ ਇਸ ਦੇ ਵਿੱਚ ਉਹ ਕਾਫੀ ਜ਼ਿਆਦਾ ਜਿਹੜਾ ਸਕਸੈਸਫੁਲ ਵੀ ਹੋਇਆ ਬਟ ਇੱਥੇ ਹੀ ਸਮਾਪਤ ਨਹੀਂ ਹੋਇਆ ਇਸ ਤੋਂ ਬਾਅਦ ਜਰਮਨੀ ਨੇ ਵੀ ਜਿਹੜੀ ਕੋਸ਼ਿਸ਼ ਕੀਤੀ ਤਾਂ ਕਿ ਜਿਹੜਾ ਹੈ ਉਸ ਨੂੰ ਆਪਣੇ ਅਧੀਨ ਕੀਤਾ ਜਾ ਸਕੇ ਉਸ ਨੂੰ ਮਰਾਕੋ ਸੋ ਜਰਮਨੀ ਦੀ ਕੋਸ਼ਿਸ਼ ਰਹੀ ਸੋ ਇਸ ਕਾਰਨ ਕਰਕੇ ਉਸਨੇ ਮਰਾਕੋ ਦੀ ਪ੍ਰਸਿੱਧ ਬੰਦਰਗਾਹ ਟਿਜੀਹਰ ਦੇ ਉੱਪਰ ਯਾਤਰਾ ਕੀਤੀ ਉੱਥੋਂ ਦੇ ਸਮਰਾਟ ਨੇ 1905 ਦੇ ਵਿੱਚ ਤਾਂ ਉਸਨੇ ਕੋਸ਼ਿਸ਼ ਨਾ ਕੀਤੀ ਕਿ ਉਹ ਮਰਾਕੋ ਕੇਵਲ ਆਪਣੇ ਦੇਸ਼ ਦੇ ਹੱਕਾਂ ਦੀ ਸੁਰੱਖਿਆ ਤੇ ਮਰਾਕੋ ਦੀ ਆਜ਼ਾਦੀ ਤੇ ਅਖੰਡਤਾ ਦੀ ਰੱਖਿਆ ਲਈ ਹੀ ਆਇਆ ਹੈਗਾਗਾ ਸੋ ਇੱਥੇ ਉਹਨਾਂ ਨੇ ਹਨਾ ਸਾਤ ਦੇੰਗ ਜਿਹੜੀ ਉਹ ਗੱਲ ਕੀਤੀ ਜਿਹਦੇ ਆਧਾਰ ਦੇ ਉੱਪਰ ਸਬਬ ਕੀ ਗੱਲ ਸੀ ਕਿ ਉਹਨਾਂ ਨੇ ਉਸਰ ਸਾਥ ਦੇਣਾ ਮੰਨ ਲਿਆ ਸੀ ਹੈਨਾ ਸੋ ਇਸੋ ਦੇ ਹੀ ਜਿਹੜੀ ਲੜਾਈ ਆ ਉਹ ਸ਼ੁਰੂ ਹੁੰਦੀ ਹੈ ਜਰਮਨੀ ਅਤੇ ਫ੍ਰਾਂਸ ਦੀ ਸੋ ਵੀ ਹੈਨਾ ਆਪਸ ਦੇ ਵਿੱਚ ਲੜਨਾ ਸ਼ੁਰੂ ਕਰਦੇ ਹੈਗੇ ਨੇ ਨੈਕਸਟ ਹੈ 31 ਨੰਬਰ ਐਲਜਸਰਾਸ ਕਾਨਫਰੈਂਸ ਕਦੋਂ ਹੋਈ ਸੋ ਆਪਸ਼ਨ 1 ਹੈ ਫਰਵਰੀ ਵਿਕੇ 1906 ਦੇ ਵਿੱਚ ਆਪਸ਼ਨ 2 ਹੈ ਜਨਵਰੀ ਦੇ ਵਿੱਚ 1906 ਦੇ ਵਿੱਚ ਆਪਸ਼ਨ 3 ਹੈ ਮਾਰਚ 1906 ਦੇ ਵਿੱਚ ਅਤੇ ਆਪਸ਼ਨ 4 ਹੈ ਦਸੰਬਰ 1906 ਦੇ ਵਿੱਚ ਦੋਹਾਂ ਪਾਸਿਆਂ ਤੋਂ ਜਿਹੜੀ ਲੜਾਈ ਹੈ ਉਹ ਸ਼ੁਰੂ ਹੋ ਚੁੱਕੀ ਸੀਗੀ ਏਸੀ ਲੜਾਈ ਨੂੰ ਖਤਮ ਕਰਨ ਦੇ ਲਈ ਜਿਹੜਾ ਕਹਿ ਸਕਦੇ ਹਾਂ ਇੱਕ ਯਤਨ ਕੀਤਾ ਗਿਆ ਤਾਂ ਕਿ ਜਿਹੜਾ ਲੜਾਈ ਨੂੰ ਵੱਡੇ ਪੱਧਰ ਤੇ ਵਿਧਾਇਆ ਨਾ ਜਾ ਸਕੇ ਉਸ ਦੇ ਲਈ ਕੋਸ਼ਿਸ਼ ਕੀਤੀ ਗਈ ਐਲਜਸਰਾਸ ਕਾਨਫਰੰਸ ਹੋਈ ਸੀਗੀ ਜੋ ਕਿ ਜਨਵਰੀ 1906 ਦੇ ਵਿੱਚ ਹੋਈ ਸੀ ਸੋ ਇਸ ਦੇ ਨਾਲ ਕੀ ਸੀਗਾ ਕਿ ਜਿਹੜਾ ਮੁਰਾਕੋ ਦਾ ਸੰਕਟ ਸੀਗਾ ਉਹ ਕਾਫੀ ਹਦ ਤੱਕ ਟਲ ਚੁੱਕਿਆ ਸੀ ਕਿਉਂਕਿ ਜਿਨ੍ਹਾਂ ਦੇ ਵਿਚਕਾਰ ਇਹ ਸੰਧੀ ਹੋਈ ਸੀ ਉਸ ਦੇ ਨਾਲ ਜਿਹੜਾ ਹਣਾ ਉਸ ਨੇ ਨਰਮ ਨੀਤੀ ਦਾ ਜਿਹੜਾ ਫੈਸਲਾ ਲਿਆ ਜਿਹਦੇ ਆਧਾਰ ਦੇ ਉੱਪਰ ਇਹ ਯੁੱਧ ਦੀ ਸੰਭਾਵਨਾ ਜਿਹੜੀ ਸੀਗੀ ਉਹ ਟਲ ਚੁੱਕੀ ਸੀਗੀ ਨੈਕਸਟ ਹੈ 32 ਨੰਬਰ ਮਰਾਕੋ ਸੰਕਟ ਕਿਸ ਦੇ ਯਤਨਾਂ ਸਦਕੇ ਟਲ ਗਿਆ ਸੋ ਆਪਸ਼ਨ 1 ਹੈ ਅਫਰੀਕਾ ਦੇ ਪ੍ਰਧਾਨ ਮੰਤਰੀ ਟੀ ਰੂਜ਼ਵੈਲਟ ਦੇ ਅਨੁਸਾਰ ਰੂਜ਼ਵੈਲਟ ਦੇ ਅਨੁਸਾਰ ਆਪਸ਼ਨ 2 ਹੈ ਫਰਾਂਸੀਸੀ ਪ੍ਰਧਾਨ ਮੰਤਰੀ ਰੋਵੀਅਰ ਦੇ ਅਤੇ ਆਪਸ਼ਨ 3 ਹੈ ਜਰਮਨੀ ਅਤੇ ਆਪਸ਼ਨ 4 ਹੈ A ਔਰ B ਆਪਸ਼ਨ ਸੋ ਪਹਿਲਾ ਹੀ ਆਪਾਂ ਕੁਐਸਚਨ ਡਿਸਕਸ ਕੀਤਾ ਹੈ ਕਿ ਮਰਾਕੋ ਸੰਕਟ ਸੀ ਜਿਹੜਾ ਉਹ ਜਤਸਰਾਸ ਕਾਨਫਰੰਸ 1906 ਦੇ ਜਤਰਾਸਦ ਕਿਟ ਲਿਆ ਸੀ ਅਤੇ ਉਹਨਾਂ ਦੇ ਵਿੱਚ ਪ੍ਰਮੁੱਖ ਵਿਅਕਤੀ ਸੀਗੇ ਅਫਰੀਕਾ ਦੇ ਪ੍ਰਧਾਨ ਮੰਤਰੀ ਰੂਜ਼ ਵੈਲਟ ਸੋ ਰੂਜ਼ ਵੈਲਟ ਸੀਗੇ ਧਿਆਨ ਰੱਖਿਓ ਔਰ ਇਸ ਤੋਂ ਬਾਅਦ ਦੂਸਰੇ ਵਿਅਕਤੀਓ ਦੇ ਵਿੱਚ ਸੀ ਫ੍ਰਾਂਸੀਸੀ ਪ੍ਰਧਾਨ ਮੰਤਰੀ ਰੂਬਰ ਸੋ ਇਹਨਾਂ ਦੋਨਾਂ ਨੇ ਮਿਲ ਕੇ ਜਿਹੜਾ ਹੈ ਨਰਮ ਨੀਤੀ ਨੂੰ ਫਾਲੋ ਕੀਤਾ ਔਰ ਕੋਸ਼ਿਸ਼ ਕੀਤੀ ਕਿ ਜਿਹੜਾ ਮਰਾਕੋ ਦਾ ਸੰਕਟ ਹੈ ਉਸ ਨੂੰ ਕਿਸੇ ਨਾ ਕਿਸ ਤਰੀਕੇ ਦੇ ਨਾਲ ਠੰਡਾ ਕੀਤਾ ਜਾ ਸਕੇ ਜਾਂ ਸਮੱਸਿਆ ਦਾ ਹੱਲ ਕੀਤਾ ਜਾ ਸਕੇ ਸੋ ਇਸੇ ਲਈ ਹੀ ਜਿਹੜਾ ਹੈ ਇਹ ਮਰਾਕੋ ਦਾ ਸੰਕਟ ਇੱਕ ਵਾਰ ਟਲ ਚੁਕਿਆ ਸੀਗਾ ਜਿਆਦਾ ਫੈਕਟਿਸ ਦਾ ਜਿਹੜਾ ਨਹੀਂ ਪਿਆ ਸੀ ਮੀਨ ਜੁੱਧ ਵਗੈਰਾ ਜਿਹੜਾ ਉਹ ਨਹੀਂ ਹੋ ਪਾਇਆ ਸੀ ਤੇ ਇਸ ਲਈ ਡੀ ਆਨਸਰ ਇਸ ਦਾ ਰਾਈਟ ਹੈ ਅਫਰੀਕਾ ਦੇ ਪ੍ਰਧਾਨ ਮੰਤਰੀ ਰੂਜ਼ਵੈਲਟ ਅਤੇ ਫ੍ਰਾਂਸੀਸੀ ਪ੍ਰਧਾਨ ਮੰਤਰੀ ਰੂਵੀਅਰ ਨੇ ਜਿਹੜਾ ਹੈ ਇਸ ਨੂੰ ਟਾਲਣ ਦੇ ਵਿੱਚ ਇੱਕ ਕੋਸ਼ਿਸ਼ ਕੀਤੀ ਸੀ ਨੈਕਸਟ ਹੈ 33 ਨੰਬਰ ਮਰਾਕੋ ਸੰਕਰਦੇਣ ਦੇ ਨਤੀਜੇ ਵਜੋਂ ਕਿਹੜੇ ਦੇਸ਼ਾਂ ਦੇ ਸਬੰਧ ਜਿਹੜੇ ਉਹ ਖਰਾਬ ਹੋ ਗਏ ਸੀਗੇ অপਸ਼ਨ 1 ਹੈ ਇੰਗਲੈਂਡ ਤੇ ਅਮਰੀਕਾ অপਸ਼ਨ 2 ਹੈ ਇੰਗਲੈਂਡ ਤੇ ਫਰਾਂਸ অপਸ਼ਨ 3 ਹੈ ਜਰਮਨੀ ਤੇ ਫਰਾਂਸ ਅਤੇ অপਸ਼ਨ 4 ਹੈ ਰੂਸ ਤੇ ਇਟਲੀ ਦੇਖੋ ਕਿ ਜਿੱਤੇ ਇਹ ਸੀਗਾ ਕਿ ਯੁੱਧ ਹੋਣਾ ਹੈ ਯੁੱਧ ਤਵੇਸ਼ਕ ਟਲ ਗਿਆ ਬਟ ਫਿਰ ਵੀ ਉਹਨਾਂ ਦੇ ਜਿਹੜੇ ਸਬੰਧ ਸੀ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਹੈ ਇਫੈਕਟ ਜ਼ਰੂਰ ਦੇਖਣ ਨੂੰ ਮਿਲਿਆ ਕਿ ਮਤਭੇਦ ਪੈਦਾ ਸ਼ੁਰੂ ਹੋਣ ਸ਼ੁਰੂ ਹੋ ਗਏ ਸੀਗੇ ਸੋ ਸਭ ਤੋਂ ਪਹਿਲਾਂ ਜਿਹੜੇ ਕਹਿ ਸਕਦੇ ਆ ਸਬੰਧ ਜਿਹੜੇ ਵਿਗੜੇ ਸੋ ਇਹੇ ਵਿਗੜੇ ਸੀਗੇ ਇੰਗਲੈਂਡ ਜਰਮਨੀ ਅਤੇ ਫਰਾਂਸ ਦੇ ਵਿੱਚਕਾਰ ਯਾਨੀ ਕਿ ਸੀ ਅੰਸਰਾਈਟ ਹੈ ਮਰਾਕੋ ਦੇ ਸੰਕਟ ਦੇ ਨਾਲ ਤੀਜੇ ਵੱਜੋਂ ਖਾਸ ਤੌਰ ਤੇ ਜਰਮਨੀ ਤੇ ਫਰਾਂਜ ਜਿਹੜਾ ਹੈ ਉਹ ਵਕ ਵਕ ਹੋ ਗਿਆ ਸੀ ਕਿਉਂਕਿ ਦੋਨੋਂ ਹੀ ਦੇਸ਼ੜੇ ਉਹ ਮਰਾਕੋ ਨੂੰ ਅਧੀਨ ਕਰਨਾ ਚਾਹੁੰਦੇ ਸੀ ਤਾਂ ਸੁਭਾਵਿਕ ਜੀ ਗੱਲ ਸੀ ਕਿ ਇਹਨਾਂ ਦੇ ਅਧੀਨ ਹੈ ਨਾ ਇਹ ਅਸਰ ਤੇ ਦੇਖਣ ਨੂੰ ਮਿਲਣਾ ਹੀ ਸੀਗਾ ਨੈਕਸਟ ਹੈ 34 ਨੰਬਰ ਬੋਸੋਨੀਆ ਦਾ ਸੰਕਟ ਕਦੋਂ ਆਇਆ ਸੋ ਆਪਸ਼ਨ 1 ਹੈ 1907 ਦੇ ਵਿੱਚ ਆਪਸ਼ਨ 2 ਹੈ 1903 ਦੇ ਵਿੱਚ ਆਪਸ਼ਨ 3 ਹੈ 1908 ਦੇ ਵਿੱਚ ਅਤੇ ਆਪਸ਼ਨ 4 ਹੈ 1910 ਦੇ ਵਿੱਚ ਸੋ ਇੰਟਰਨੈਸ਼ਨਲ ਲੈਵਲ ਦੇ ਉੱਪਰ ਪਹਿਲਾ ਮੁਰਾਕੂ ਦਾ ਸੰਕਟ ਆਉਂਦਾ ਹੈ ਫਿਰ ਉਸ ਤੋਂ ਬਾਅਦ ਇੱਕ ਬਸਾਨੀਆ ਦਾ ਸੰਕਟ ਆਉਂਦਾ ਹੈ ਸੋ ਇਹ ਵੀ ਮੰਨਿਆ ਜਾਂਦਾ ਹੈ ਕਿ ਕਿਤਨੇ ਕਿਤੇ ਜਿਹੜਾ ਹੈ ਪਹਿਲੇ ਵਿਸ਼ਵ ਜੁੱਧ ਨੂੰ ਜਿਹੜਾ ਹੈ ਪ੍ਰਮੋਟ ਕਰਦਾ ਸੀ ਔਰ ਇਸੇ ਦੇ ਕਾਰਨ ਕਰਕੇ ਹੀ ਪਹਿਲਾ ਵਿਸ਼ਵ ਜਿਹੜਾ ਹੈ ਉਹ ਹੋਣ ਦੇ ਵਿੱਚ ਆ ਗਿਆ ਸੀਗਾ ਓਕੇ ਤਾਂ ਬਸਾਨੀਆ ਦਾ ਸੰਕਟ ਸੀਗਾ ਜਿਹੜਾ ਇਹ 1908 ਦੇ ਵਿੱਚ ਆਇਆ ਸੀ ਬਟ ਇਸ ਦੀ ਸ਼ੁਰੂਆਤ ਜਿਹੜੀ ਹੈ ਉਹ ਕਾਫੀ ਪਹਿਲਾਂ ਹੋ ਚੁੱਕੀ ਸੀ 1878 ਤੋਂ ਲੈ ਕੇ 1881 ਤੱਕ ਇਹਨਾਂ ਨੇ ਕਾਫੀ ਸਾਰੀਆਂ ਸੰਧੀਆਂ ਕਰਕੇ ਕਾਫੀ ਸਾਰੇ ਖੇਤਰ ਆਪਣੇ ਅਧੀਨ ਕਰਕੇ ਇਸ ਲੜਾਈ ਨੂੰ ਜਿਹੜਾ ਸ਼ੁਰੂ ਕਰ ਲਿਆ ਸੀ ਬਟ ਸੰਕੜ ਪੂਰੇ ਤੌਰ ਦੇ ਉੱਪਰ ਜਿਹੜਾ ਹੈ ਉਹ 1908 ਦੇ ਵਿੱਚ ਆ ਚੁੱਕਿਆ ਸੀਗਾ ਨੈਕਸਟ ਹੈ 35 ਨੰਬਰ 1881 ਦੇ ਵਿੱਚ ਬਿਸਮਾਰਕ ਦੁਆਰਾ ਬਣਾਈ ਤਿੰਨ ਸਮਰਾਟਾਂ ਦੀ ਲੀਗ ਦੇ ਵਿੱਚ ਕਿਹੜੇ ਦੇਸ਼ ਸ਼ਾਮਲ ਸੀਗੇ ਸੋ 1881 ਦੇ ਵਿੱਚ ਬਿਸਮਾਰਕ ਦੇ ਦੁਆਰਾ ਬਣਾਈ ਗਈ ਤਿੰਨ ਸਮਰਾਟਾਂ ਦੀ ਲੀਗ ਦੇ ਵਿੱਚ ਆਸਟਰੀਆ ਦਾ ਬੋਸੋਨੀਆ ਅਤੇ ਹਰਜੇਗੋਵਿਨਾ ਉੱਤੇ ਅਧਿਕਾਰ ਪ੍ਰਾਪਤ ਕਰਨ ਦੇ ਲਈ ਇੱਕ ਸੰਗਠਨ ਬਣਾਇਆ ਗਿਆ ਸੀ ਸਵਿਸ਼ਤੇ ਵਿੱਚ ਤਿੰਨ ਦੇਸ਼ ਜਿਹੜੇ ਉਹ ਸ਼ਾਮਿਲ ਸੀਗੇ ਕਿਹੜੇ-ਕਿਹੜੇ ਸੀ ਸੋ ਆਪਸ਼ਨ 1 ਹੈ ਜਰਮਨ ਆਪਸ਼ਨ 2 ਹੈ ਰੂਸ ਆਪਸ਼ਨ 3 ਹੈ ਆਸਟਰੀਆ ਅਤੇ ਆਪਸ਼ਨ 4 ਹੈ ਅਪਰੋਕਸਾਈ ਸੋ ਇਹਨਾਂ ਦਾ ਮੇਨ ਕੰਮ ਸੀਗਾ ਕਿ ਜਿਹੜਾ ਆਸਟਰੀਆ ਦਾ ਬੋਸੋਨੀਆ ਤੇ ਹਰਗੁਜੀ ਕੋ ਵਿਨਿਆ ਜਿਹੜਾ ਹੈ ਉਸ ਤੇ ਉੱਪਰ ਅਧਿਕਾਰ ਪ੍ਰਾਪਤ ਕਰਨਾ ਤੇ ਪ੍ਰਬੰਧਨ ਕਰਨ ਵਾਲਾ ਸੋ ਇਸ ਦੇ ਵਿੱਚ ਇਹ ਤਿੰਨਾਂ ਦੇਸ਼ਾਂ ਨੇ ਜਿਹੜਾ ਹੈ ਯੋਗਦਾਨ ਪਾਇਆ ਜਰਮਨੀ ਰੂਸ ਤੇ ਆਸਟਰੀਆ ਇਹਨਾਂ ਤਿੰਨਾਂ ਦੇਸ਼ਾਂ ਦੇ ਮੈਂਬਰ ਸੀ ਜੋ ਸਮਰਾਟ ਸੀ ਉਹਨਾਂ ਨੇ ਇਸ ਦੇ ਵਿੱਚ ਪਾਰਟਿਸਪੇਟ ਕੀਤਾ ਨੈਕਸਟ ਹੈ 36 ਨੰਬਰ ਸਰਬੀਆ ਅੰਦੋਲਨ ਕਿਹੜੇ ਖੇਤਰ ਨੂੰ ਆਪਣੇ ਅਧੀਨ ਕਰਨਾ ਚਾਹੁੰਦੇ ਸਨ ਸੋ ਆਪਸ਼ਨ 1 ਹੈ ਬੋਸਾਨੀਆ ਆਪਸ਼ਨ 2 ਹੈ ਹਰਜੇਗੋਵਾਨੀਆ ਅਤੇ ਆਪਸ਼ਨ 3 ਹੈ ਜਾਪਾਨ ਅਤੇ ਆਪਸ਼ਨ 4 ਹੈ A অর B ਆਪਸ਼ਨ ਸਰਬੀਆ ਅੰਦੋਲਨ ਚੱਲਿਆ ਸੋ ਬੋਸਾਨੀਆ ਤੇ ਹਰਜੇਗੋਵਿਨਾ ਦੇ ਵਿਚਕਾਰ ਸੋ ਇਸ ਦੇ ਵਿੱਚ ਕੋਸ਼ਿਸ਼ ਰਹੀ ਕਿ ਸਰਬੀਆ ਅੰਦੋਲਨ ਜਿਹੜਾ ਹੈ ਉਹ ਕਿਹੜੇ ਕਿਹੜੇ ਖੇਤਰਾਂ ਨੂੰ ਆਪਣੇ ਅਧੀਨ ਕਰ ਸਕਦਾ ਹੈ ਸੋ ਇਸ ਲਈ ਉਹਨਾਂ ਨੇ ਹਨ ਇਹ ਸੰਘਰਸ਼ ਜਾਂ ਅੰਦੋਲਨ ਸ਼ੁਰੂ ਕੀਤਾ ਔਰ ਇਸ ਅੰਦੋਲਨ ਦੇ ਦੌਰਾਨ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਬਸਾਨੀਆ ਤੇ ਹਰਜੇਗੋਵਨੀਆਂ ਜਿਹੜਾ ਹੈ ਉਸ ਨੂੰ ਆਪਣੇ ਅਧੀਨ ਕਰ ਸਕਣ ਅਤੇ ਜਿਸ ਦੇ ਨਾਲ ਉਹਨਾਂ ਦੀ ਸ਼ਕਤੀ ਦੇ ਵਿੱਚ ਗਰੋਥ ਹੋ ਪਾਵੇਗੀ ਨੈਕਸਟ ਹੈ ਸੈਤੀ ਨੰਬਰ ਨੌਜਵਾਨ ਤੁਰਕ ਅੰਦੋਲਨ ਕਿੱਥੇ ਸ਼ੁਰੂ ਹੋਇਆ ਸੀ ਆਪਸ਼ਨ 1 ਹੈ ਸਟਰੀਆ ਦੇ ਵਿੱਚ ਆਪਸ਼ਨ 2 ਹੈ ਤੁਰਕੀ ਦੇ ਵਿੱਚ ਆਪਸ਼ਨ 3 ਹੈ ਬਸਾਨੀਆ ਦੇ ਵਿੱਚ ਅਤੇ ਆਪਸ਼ਨ 4 ਹੈ ਇਟਲੀ ਦੇ ਵਿੱਚ ਨੌਜਵਾਨ ਤੁਰਕ ਅੰਦੋਲਨ ਇਹ ਸ਼ੁਰੂ ਹੋਇਆ ਸੀਗਾ ਤੁਰਕੀ ਦੇ ਵਿੱਚ ਔਰ ਉੱਥੋਂ ਇਸਦੀ ਜਿਹੜੀ ਸ਼ੁਰੂਆਤ ਕੀਤੀ ਗਈ ਸੀ ਔਰ ਜਿਸ ਦਾ ਉਦੇਸ਼ ਸੀਗਾ ਕਿ ਬਸਾਨੀਆਂ ਦਾ ਹਰ ਜੇਗੋਵਾਨੀਆਂ ਸਮੇਤ ਤੁਰਕੀ ਦੇ ਸਾਰੇ ਖੁਸ਼ੇ ਹੋਏ ਪ੍ਰਦੇਸ਼ਾਂ ਨੂੰ ਵਾਪਸ ਲੈ ਕੇ ਆਉਣਾ ਯਾਨੀ ਕਿ ਉਸ ਨੂੰ ਮੁੜ ਤੋਂ ਜਿਹੜਾ ਹੈ ਤੁਰਕੀ ਦੇ ਵਿੱਚ ਸ਼ਾਮਲ ਕਰਨਾ ਇਹ ਇਹਨਾਂ ਦੀ ਸਭ ਤੋਂ ਪ੍ਰਮੁੱਖ ਜਾਂ ਵੱਡੀ ਜਿਹੜੀ ਆ ਕੋਸ਼ਿਸ਼ ਸੀਗੀ ਜੋ ਕਿ ਨੌਜਵਾਨ ਤੁਰਕ ਅੰਦੋਲਨ ਚਲਾਇ ਸੀ ਤੁਰਕੀ ਦੇ ਵਿੱਚ ਜਿਹੜਾ ਖੇਤਰ ਬਸਾਨੀਆਂ ਤੇ ਜੇਗਵਾਨੀਆਂ ਨੇ ਜਿਹੜਾ ਅਲੱਗ ਕਰ ਲਿਆ ਸੀ ਬਟ ਉਸ ਨੂੰ ਦੁਬਾਰਾ ਤੁਰਕੀ ਦੇ ਵਿੱਚ ਇਨਕਲੂਡ ਕਰਨਾ ਚਾਹੁੰਦੇ ਸੀਗੇ ਨੈਕਸਟ ਹੈ ਰੂਸ ਦੇ ਵਿਦੇਸ਼ ਮੰਤਰੀ ਇਜ਼ਾਬੋਲਾਸਕੀ ਅਤੇ ਆਸਟਰੀਆ ਦੇ ਵਿਦੇਸ਼ ਮੰਤਰੀ ਇਹਨਾਂ ਹਾਲ ਕਿੱਥੇ ਮਿਲੇ ਸਵਾਲਸ਼ਿਕ ਹੈ ਇਟਲੀ ਵਿਖੇ অপਸ਼ਨ 2 ਹੈ ਨਾਰਵੇ ਵਿਖੇ অপਸ਼ਨ 3 ਹੈ ਵਿਐਨਾ ਵਿਖੇ ਅਤੇ অপਸ਼ਨ 4 ਹੈ ਕੋਰੀਆ ਵਿਖੇ ਸੋ ਇਹਨਾਂ ਦੀ ਵੀ ਕੋਸ਼ਿਸ਼ ਸੀਗੀ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਸਟਰੀਆ ਬੋਸਨੀਆ ਤੇ ਹਰਜੋਗੋਵਿਨੀਆਂ ਜਿਹੜੇ ਸੀ ਉਹਨਾਂ ਨੂੰ ਆਪਣੇ ਰਾਜ ਦੇ ਵਿੱਚ ਮਿਲਾਉਣਾ ਚਾਹੁੰਦੇ ਸੀਗੇ ਆਸਟਰੀਆ ਜਿਹੜਾ ਸੀ ਸੋ ਉਸੇ ਕੋਸ਼ਿਸ਼ ਦੇ ਨਾਲ ਹੀ ਜਿਹੜਾ ਹੈ ਇੱਕ ਸਮੇਲਨ ਜਾਂ ਇੱਕ ਮੁਲਾਕਾਤ ਹੋਈ ਜਿਹਦੇ ਵਿੱਚ ਇਸ ਬਾਰੇ ਡਿਸਕਸ਼ਨ ਕਰਨੀ ਸੀ ਉਸੇ ਖੇਤਰ ਸੀਗਾ ਬਿਆਨਾਂ ਦਾ ਸੋ ਉੱਥੇ ਮਿਲੇ ਸੀ ਰੂਸ ਦੇ ਵਿਦੇਸ਼ ਮੰਤਰੀ ਅਤੇ ਅਸਟਰੀਆ ਦੇ ਵਿਦੇਸ਼ ਮੰਤਰੀ ਨੈਕਸਟ ਹੈ 39 ਨੰਬਰ ਰੂਸ ਦੇ ਵਿਦੇਸ਼ ਮੰਤਰੀ ਇਜ਼ਾਬ ਵਲਾਸਕੀ ਅਤੇ ਅਸਟਰੀਆ ਦੇ ਵਿਦੇਸ਼ ਮੰਤਰੀ ਅਹਨਥਾਲ ਕਿੱਥੇ ਮਿਲੇ ਸੀਗੇ ਕਦੋਂ ਮਿਲੇ ਸੀ ਸੋ ਆਪਸ਼ਨ 1 ਹੈ 1907 ਦੇ ਵਿੱਚ ਆਪਸ਼ਨ 2 ਹੈ 1908 ਦੇ ਵਿੱਚ ਆਪਸ਼ਨ 3 ਹੈ 1909 ਦੇ ਵਿੱਚ ਅਤੇ ਆਪਸ਼ਨ 4 ਹੈ 1910 ਦੇ ਵਿੱਚ राइट आंसर स्थिरता है ए ऑप्शन सो 1907 ਦੇ ਵਿੱਚ ਰੂਸ ਦੇ ਵਿਦੇਸ਼ ਮੰਤਰੀ ਅਤੇ ਸਟਰੀਆ ਦੇ ਵਿਦੇਸ਼ ਮੰਤਰੀ ਵਿਆਨਾ ਵਿਖੇ ਜੜੇ ਆ ਉਹ ਮਿਲੇ ਸੀਗੇ ਨੈਕਸਟ ਹੈ 40 ਨੰਬਰ ਰੂਸ ਦੇ ਵਿਦੇਸ਼ ਮੰਤਰੀ ਜ਼ਾਬਲੋਸਕੀ ਅਤੇ ਸਟਰੀਆ ਦੇ ਵਿਦੇਸ਼ ਮੰਤਰੀ ਅਹਨਸਾਲ ਨੇ ਦੂਸਰੀ ਵਾਰ ਕਦੋਂ ਮੀਟਿੰਗ ਰੱਖੀ ਕਿਉਂਕਿ ਪਹਿਲੀ ਵਾਰ ਦੇ ਵਿੱਚ ਇਹਨਾਂ ਦਾ ਕੋਈ ਖਾਸ ਜਿਹੜਾ ਹੈ ਨਾ ਪ੍ਰਭਾਵ ਨਹੀਂ ਦੇਖਣ ਨੂੰ ਮਿਲਿਆ ਸੀ ਜਿਆਦਾ ਸਕਸੈਸਫੁਲ ਨਹੀਂ ਹੋ ਪਾਇਆ ਇਸ ਲਈ ਉਹਨਾਂ ਨੇ ਦੁਬਾਰਾ ਤੋਂ ਇੱਕ ਮੁਲਾਕਾਤ ਕੀਤੀ ਉਸੇ ਮੁਲਾਕਾਤ ਹੋਈ ਸੀਗੀ 1906 ਦੇ ਵਿੱਚ ਜਾਂ 1908 ਦੇ ਵਿੱਚ 1911 ਦੇ ਵਿੱਚ ਜਾਂ ਫਿਰ 1909 ਦੇ ਵਿੱਚ ਸੋ ਰਾਈਟ ਆਨਸਰ ਇਹਦਾ ਹੈ ਬੀ ਆਪਸ਼ਨ ਸੋ 1908 ਦੇ ਵਿੱਚ ਉਹਨਾਂ ਨੇ ਦੁਬਾਰਾ ਕੋਸ਼ਿਸ਼ ਕੀਤੀ ਤਾਂ ਕਿ ਇਹਨਾਂ ਨੂੰ ਮਿਲ ਕੇ ਜਿਹੜਾ ਹੈ ਇੱਕ ਸੰਗਠਨ ਬਣਾਇਆ ਜਾ ਸਕੇ ਅਤੇ ਕਾਫੀ ਸਾਰੇ ਖੇਤਰਾਂ ਨੂੰ ਆਪਣੇ ਅਧੀਨ ਕਰ ਸਕਣ ਸੋ ਇਸੇ ਕਾਰਨ ਕਰਕੇ ਇਹ ਜਿਹੜਾ ਬਸਾਨੀਆਂ ਦਾ ਸੰਕਟ ਸੀ ਜਿਹੜਾ ਉਹ ਉਹ ਬਨ ਸੁਭਾਵਿਕ ਜੀ ਗੱਲ ਸੀ ओके okay जी ਸਿਸੀ ਆਦੇ ਸਾਡੇ MCQ ਸੋ ਉਮੀਦ ਕਰਦਾ ਹਾਂ ਕਿ ਸਾਰਿਆਂ ਦੇ ਲਈ ਹੈਲਪਫੁਲ ਰਹੇ ਹੋਣਗੇ ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਕੋਲੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਥੈਂਕ ਯੂ ਸੋ ਮੱਚ